ਜ਼ਿਕਰ ਮੈਂ ਜ਼ਰੂਰ ਕਰਨਾ ਚਾਹੁੰਦਾ ਇੱਕ ਬੀਬੀ ਦਾ, ਜਿਹਦਾ ਇਤਿਹਾਸ ਗੁਰਮੁਖੋ ਬਹੁਤ ਵੱਡਾ, ਪਰ ਉਹ ਪੋਹ ਦੀਆਂ ਇਹਨਾਂ ਸ਼ਹੀਦਾਂ ਦੇ ਵਿੱਚ ਉਹਦਾ ਜ਼ਿਕਰ ਸਿੱਖ ਕਰਨਾ ਭੁੱਲ ਜਾਂਦੇ ਆ। ਫਿਰ ਆਪਾਂ ਸਾਹਿਬਜ਼ਾਦਿਆਂ ਵੱਲ ਆਵਾਂਗੇ, ਕਿਉਂਕਿ ਫਿਰ ਉਹ ਲੰਮੀ ਚੱਲੇਗੀ ਲੜੀ ਸਾਹਿਬਜ਼ਾਦਿਆਂ ਦੀ। ਇੱਥੇ ਸਰਸਾ ਦੇ ਕਿਨਾਰੇ ਗੁਰਮੁਖੋ ਆਨੰਦਪੁਰ ਸਾਹਿਬ ਦੀ ਧਰਤੀ ਇੱਕ ਬੀਬੀਆਂ ਦਾ ਜਥਾ ਵੀ ਹੁੰਦਾ, ਸ਼ਸਤਰਧਾਰੀ ਹੁੰਦਾ ਸੀ, ਜਿੱਥੇ ਸ਼ਸਤਰਧਾਰੀ ਜਿੱਥੇ ਸਿੰਘਾਂ ਦੇ ਹੁੰਦੇ ਸਨ, ਉੱਥੇ ਗੁਰਮੁਖੋ ਇੱਕ ਜਥਾ ਸ਼ਸਤਰਧਾਰੀ ਬੀਬੀਆਂ ਦਾ ਵੀ ਹੁੰਦਾ ਸੀ। ਤੇ ਉਸ ਬੀਬੀਆਂ ਦੇ ਸ਼ਸਤਰਧਾਰੀ ਜਥੇ ਦੀ ਜਿਹੜੀ ਮੁਖੀ ਸੀ, ਉਹ ਸੀ ਬੀਬੀ ਅਨੂਪ ਕੌਰ। ਬੀਬੀ ਅਨੂਪ ਕੌਰ ਜਿਹੜੀ ਇਹ 18-19 ਕਵਰਿਆਂ ਦੀ ਬੱਚੀ ਹੈ, ਇਹਦਾ ਵਿਆਹ ਨਹੀਂ ਸੀ ਅਜੇ ਹੋਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਣੀ ਧੀ ਦੀ ਤਰ੍ਹਾਂ ਬੁਲਾਉਂਦੇ ਸਨ, ਪਾਲਦੇ ਸਨ, ਤੇ ਇਹ ਸ਼ਸਤਰਧਾਰੀ ਸੀ ਜੀ। ਤੇ ਬੀਬੀਆਂ ਜਥੇ ਦੀ ਅਗਵਾਈ ਇਹ ਕਰਦੀ ਸੀ ਸ਼ਸਤਰ ਵਿਦਿਆ ਦੇ ਵਿੱਚ। ਜਦੋਂ ਸਰਸਾ ਨੂੰ ਪਾਰ ਕਰਕੇ ਮਲਕਪੁਰ ਰੰਗਣਾ ਵਾਲੀ ਥਾਂ ਤੇ ਜੰਗ ਹੁੰਦੀ ਹੈ, ਜਿਹੜੀ ਜੰਗ ਸਿੱਖਾਂ ਤੇ ਮਰੇਰਕੋਟਲੀਏ ਨਵਾਬੀਆਂ ਦੇ ਵਿਚਕਾਰ ਹੋਈ, ਕਿਉਂਕਿ ਜਦੋਂ ਸਰਸਾ ਨੂੰ ਪਾਰ ਕੀਤਾ ਨਾ, ਤੇ ਇੱਧਰਲੇ ਪਾਸੇ ਤੋਂ ਰੋਪੜ ਵਾਲੇ ਪਾਸੇ ਤੋਂ ਆਪਾਂ ਕਹਿ ਲਓ ਇੱਧਰਲੇ ਪਗਲ ਮਰੇਰਕੋਟਲੀਏ ਨਵਾਬ ਸੀ, ਜਿਨ੍ਹਾਂ ਚ ਫਿਰ ਚਮਕੌਰ ਦੀ ਗੜੀ ਜਾ ਕੇ ਨਾਰਖਾਂ ਮਰਦਾ, ਗਣੀ ਖਾਂ ਮਰਦਾ, ਖਵਾਜਾ ਮਹਿਦੂਦ ਤੇ ਚੌਥਾ ਸ਼ੇਰ ਮੁਹੰਮਦ ਖਾਨ, ਇਹ ਚਾਰੇ ਭਰਾ ਸਨ। ਇਹਨਾਂ ਚਾਰਾਂ ਭਰਾਵਾਂ ਦੇ ਵਿੱਚੋਂ ਦੋ ਭਰਾ ਸੀ ਜਿਹੜੇ, ਨਾਰ ਖਾਂ ਤੇ ਦੂਜਾ ਗਣੀ ਖਾਂ ਗੁਰਮੁਖੋ, ਇਹ ਚਮਕੌਰ ਮਾਰੇ ਗਏ ਸੀ। ਜਿਹੜਾ ਇਹ ਨਾਰ ਖਾਂ ਹੈ, ਖਵਾਜਾ ਮਹਿਦੂਦ ਹੈ, ਗਣੀ ਖਾਂ ਹੈ, ਸ਼ੇਰ ਮੁਹੰਮਦ ਖਾਨ ਹੈ, ਇਹ ਮਰੇਰਕੋਟੀਆਂ ਨੂੰ ਬੜਾ ਚਾਅ ਸੀ ਗੁਰੂ ਪਾਤਸ਼ਾਹ ਦੇ ਨਾਲ ਲੜਾਈ ਲੈਣ ਦਾ। ਇੱਧਰਲੇ ਪਾਸੋਂ ਇਹ ਫੌਜਾਂ ਲੈ ਕੇ ਚੱਲਦੇ ਨੇ ਤੇ ਸਰਸਾ ਨੂੰ ਪਾਰ ਕਰਦਿਆਂ ਚੇਤਾ ਰੱਖੋ ਜੀ, ਫਿਰ ਇੱਧਰਲੇ ਪਾਸੇ ਲੜਾਈ ਹੋ ਜਾਂਦੀ ਹੈ ਮਲਕਪੁਰੰਗਣਾ ਵਾਲੀ ਥਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਲੜਾਈ ਨੂੰ ਚੀਰਦਿਆਂ ਹੋਇਆਂ ਜਿਹੜਾ ਹੈ ਉਹ ਕੋਟਲਾ ਨਹਿਖਾਂ ਦੀ ਹਵੇਲੀ ਪਹੁੰਚ ਜਾਂਦੇ ਨੇ। ਜਿਹੜੀ ਇਹ ਬੀਬੀ ਅਨੂਪ ਕੌਰ ਹੈ ਨਾ, ਬੀਬੀ ਅਨੂਪ ਕੌਰ ਘੋੜੇ ਦੀ ਸਵਾਰੀ ਕਰਦੀ ਸੀ, ਉਹਦੇ ਨਾਲ ਦੀਆਂ ਬੀਬੀਆਂ ਉੱਥੇ ਸ਼ਹੀਦ ਹੋ ਜਾਂਦੀਆਂ ਨੇ। ਗੁਰਮੁਖੋ ਪਹਿਲਾਂ ਇਸ ਬੀਬੀ ਦੀ ਲੱਤ ਦੇ ਵਿੱਚ ਗੋਲੀ ਲੱਗੀ, ਇਹ ਧਰਤੀ ਤੇ ਡਿੱਗ ਪਈ ਬੀਬੀ। ਬੀਬੀ ਅਨੂਪ ਕੌਰ 18-19 ਸਾਲ ਦੀ ਉਹਦੀ ਉਮਰ ਹੈ। ਇਹ ਵੈਸੇ ਇਤਿਹਾਸਕਾਰ ਕਹਿੰਦੇ ਨੇ ਵੀ ਇਹ ਮਾਝੇ ਅੰਮ੍ਰਿਤਸਰ ਦੇ ਇਲਾਕੇ 'ਚ ਇਹਦਾ ਨਗਰ ਸੀ ਕੋਈ। ਇਹਦੇ ਪਿਤਾ ਜੀ ਚੜ੍ਹਾਈ ਕਰ ਗਏ ਆਨੰਦਪੁਰ ਸਾਹਿਬ, ਸ਼ਹੀਦ ਹੋ ਗਏ ਪਹਿਲਾਂ ਯੁੱਧਾਂ ਦੇ ਵਿੱਚ। ਇਹ ਬੱਚੀ ਉੱਥੇ ਪਲੀ ਵੱਡੀ ਹੋਈ। ਇਹ ਬੀਬੀ ਉੱਥੇ ਅਨੂਪ ਕੌਰ ਪਕੜੀ ਜਾਂਦੀ ਹੈ, ਪਕੜ ਕੇ ਲੱਤ ਜ਼ਖਮੀ ਸੀ, ਇਹਦੀ ਗੋਲੀ ਲੱਗੀ ਸੀ ਜੀ। ਤੇ ਮਰੇਰਕੋਟਲੀਏ ਨਵਾਬ ਸੀ ਜਿਹੜੇ, ਉਹ ਇਹਨੂੰ ਚੁੱਕ ਕੇ ਆਪਣੇ ਜਿਹੜੇ ਸਿਪਾਹੀ ਹੁਕਮ ਕਰਦਾ ਕਿ ਤੁਸੀਂ ਇਸ ਬੀਬੀ ਨੂੰ ਚੱਕ ਕੇ ਮਰੇਰਕੋਟਲੇ ਲੈ ਜਾਓ ਮੇਰੇ ਮਹਿਲ ਵਿੱਚ। ਜਿਹੜੇ ਗੁਰਮੁਖ ਸਿਪਾਹੀ ਸਨ ਉਹ ਇਸ ਬੀਬੀ ਨੂੰ ਗ੍ਰਿਫਤਾਰ ਕਰਕੇ ਜ਼ਖਮੀ ਹਾਲਤ ਦੇ ਵਿੱਚ ਮਰੇਰਕੋਟਲੇ ਲੈ ਜਾਂਦੇ ਆ। ਸ਼ੇਰ ਮੁਹੰਮਦ ਖਾਨ ਜਿਹੜਾ ਹੈ ਉਹਦੇ ਭਰਾ ਗੜੀ ਚਮਕੌਰ ਦੀ ਸ਼ਹੀਦ ਹੋ ਜਾਂਦੇ ਆ। ਉਹ ਜਦੋਂ ਮਰੇਰਕੋਟਲੇ ਪਹੁੰਚਦਾ ਤੇ ਉਹਦਾ ਜਿਹੜਾ ਮਨ ਸੀ ਨਾ, ਇੱਕ ਪਾਸੇ ਤਾਂ ਉਹ ਸਿੱਖਾਂ ਤੇ ਵੈਸੇ ਅੱਕਿਆ ਹੋਇਆ, ਠੀਕ ਹੈ ਆਪਾਂ ਨਵਾਬ ਮਰੇਰਕੋਟਲੇ ਨੂੰ ਕੋਹਾਂ ਦਾ ਨਾਰਾ ਮਾਰਿਆ ਕਿ ਆਪਾਂ ਵਿਚਾਰਾਂਗੇ, ਪਰ ਚੇਤਾ ਕਰੋ ਸਿੱਖਾਂ ਦਾ ਹਮਦਰਦ ਨਹੀਂ ਸੀ ਤੇ ਉਹ ਚੱਪੜ ਚਿੜੀ ਦੇ ਮੈਦਾਨ ਸਿੱਖਾਂ ਦੇ ਹੱਥੋਂ ਹੀ ਮਾਰਿਆ ਗਿਆ। ਉਹ ਮਾਰਿਆ ਵੀ ਸਿੱਖਾਂ ਦੇ ਹੱਥੋਂ ਗਿਆ ਜੀ ਸ਼ੇਰ ਮੁਹੰਮਦ ਖਾਨ। ਉਹ ਜਾ ਕੇ ਜਦੋਂ ਆਪਣੇ ਮਰੇਰਕੋਟਲੇ ਮਹਿਲ ਪਹੁੰਚਦਾ, ਉੱਥੇ ਜਾ ਕੇ ਉਹਦਾ ਜਿਹੜਾ ਮਨ ਸੀ ਉਹ ਇੰਜ ਕਰਦਾ ਵੀ ਜਿਹੜੀ ਇਹ ਗੁਰੂ ਕੀ ਨੌਜਵਾਨ ਬੱਚੀ ਹੈ ਨਾ, ਇਹਦੇ ਨਾਲ ਮੈਂ ਨਿਕਾਹ ਕਰਵਾਵਾਂਗਾ, ਇਹਦਾ ਧਰਮ ਦੀਨੇ ਇਸਲਾਮ ਕਬੂਲ ਕਰਵਾਵਾਂਗਾ ਮੈਂ। ਔਰੰਗਜ਼ੇਬ ਦੇ ਕੋਲੋਂ
ਕਿਉਂਕਿ ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ ਸਨ ਸਿੱਖਾਂ ਨੂੰ ਉਜਾੜਿਆ ਗਿਆ, ਮਾਰਿਆ ਗਿਆ, ਕੁੱਟਿਆ ਗਿਆ, ਸ਼ਹੀਦ ਕੀਤਾ ਗਿਆ। ਪਰ ਕਮਾਲ ਦੀ ਗੱਲ ਸੀ, ਗੁਰਮੁਖੋ ਇੱਕ ਵੀ ਸਿੱਖ ਦੀਨੇ ਇਸਲਾਮ ਕਬੂਲ ਕਰਨ ਲਈ ਰਾਜ਼ੀ ਨਹੀਂ ਸੀ ਹੋਇਆ। ਤੇ ਇਹਦਾ ਮਨ ਸੀ ਜੇ ਮੈਂ ਇਸ ਬੀਬੀ ਨੂੰ ਦੀਨੇ ਇਸਲਾਮ ਕਬੂਲ ਕਰਵਾ ਲਵਾਂ ਤੇ ਔਰੰਗਜ਼ੇਬ ਦੇ ਕੋਲੋਂ ਭਾਰੀ ਇਨਾਮ ਮਿਲੇਗਾ, ਵੀ ਘੱਟੋ ਘੱਟ ਇੱਕ ਤੇ ਮੁਸਲਮਾਨ ਬਣਿਆ ਹੀ ਹੈ ਨਾ। ਤੇ ਦੂਜਾ ਗੁਰਮੁਖੋ ਇਹਦਾ ਮਨ ਇਹ ਸੀ ਵੀ ਇਹਦੇ ਨਾਲ ਨਿਕਾਹ ਕਰਾ ਕੇ ਮੈਂ ਆਪਣੀ ਬੇਗਮ ਬਣਾਵਾਂਗਾ ਹੀ ਨੂੰ, ਬੀਬੀ ਅਨੂਪ ਕੌਰ ਨੂੰ। ਇਹ ਜ਼ਖਮੀ ਹਾਲਤ ਵਿੱਚ ਮਲਮ ਪੱਟੀ ਇਹਦੇ ਕੀਤੀ ਜਾਂਦੀ ਹੈ। ਮਲਮ ਪੱਟੀ ਕਰਨ ਤੋਂ ਬਾਅਦ ਇਹ ਬੀਬੀ ਕੁਝ ਦਿਨ ਜਿਹੜੀ ਸੀ ਉੱਥੇ ਮੇਰਕੋਟਲੇ ਰਹਿੰਦੀ ਹੈ। ਸ਼ੇਰ ਮੁਹੰਮਦ ਖਾਨ ਜਦੋਂ ਦੇਖਦਾ ਇਹਦੀ ਹਾਲਤ ਨੂੰ, ਇਹ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਬੜਾ ਚੇਤੇ ਕਰਦੀ ਹੈ, ਖਾਸ ਕਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਗੁਰਮੁਖੋ ਜਿਹੜੇ ਸਨ, ਉਹ ਬੀਬੀ ਅਨੂਪ ਕੌਰ ਨਾਲ ਗੁਰਮੁਖੋ ਖੇਡਦੇ ਹੁੰਦੇ ਸੀ। ਇਹ ਬੜਾ ਪਿਆਰ ਕਰਦੇ ਛੋਟੇ ਸਾਹਿਬਜ਼ਾਦਿਆਂ ਨੂੰ, ਇਹ ਕਹਿ ਲਓ ਵੀ ਬਚਪਨ ਵਿੱਚ ਨਾਲ ਪਲੇ ਹੋਏ ਸਨ, ਛੋਟੇ ਹੁੰਦਿਆਂ ਬੜਾ ਪਿਆਰ ਸੀ ਇਹਨਾਂ ਦਾ, ਇਹ ਚੁੱਕਦੀ ਰਹੀ ਸੀ ਸਾਹਿਬਜ਼ਾਦਿਆਂ ਨੂੰ। ਇਸ ਕਰਕੇ ਇਹ ਸ਼ੇਰ ਮੁਹੰਮਦ ਖਾਨ ਨੂੰ ਇਹ ਬੇਨਤੀ ਕਰਦੀ ਹੈ ਕਿ ਮੁਹੰਮਦ ਖਾਨ, ਜੇ ਤੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚਿਆਂ ਨੂੰ ਛੁਡਵਾ ਦੇਵੇਂ ਤੇ ਅੱਲਾ ਦੇ ਦਰਗਾਹ ਵਿੱਚ ਤੇਰਾ ਭਲਾ ਹੋਵੇਗਾ। ਉਹਨੇ ਕਿਹਾ ਤੂੰ ਤੈਨੂੰ ਕਿੰਨਾ ਪਿਆਰ, ਕਹਿਣ ਲੱਗੀ ਮੈਂ ਛੋਟੇ ਭਰਾਵਾਂ ਵਾਂਗ ਫਤਿਹ ਸਿੰਘ ਜ਼ੋਰਾਵਰ ਸਿੰਘ ਨੂੰ ਆਪਣੇ ਹੱਥੀਂ ਖੜਾਇਆ ਹੈ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬੜੇ ਪਿਆਰੇ ਨੇ। ਗੁਰਮੁਖੋ ਇਹਦੇ ਕੁਝ ਇਤਿਹਾਸਕਾਰ ਇਹ ਕਹਿੰਦੇ ਨੇ, ਦੇਖੋ ਮੈਂ ਇਹ ਕਹਿੰਦੇ ਸਾਰੇ ਕਹਿੰਦੇ ਨੇ ਬਿਲਕੁਲ ਨਹੀਂ, ਕੁਝ ਕੁ ਦਾ ਮਤ ਹੈ ਕਿ ਸ਼ੇਰ ਮੁਹੰਮਦ ਖਾਨ ਨੇ ਇਸ ਅਨੂਪ ਕੌਰ ਨਾਮ ਦੀ ਸਿੰਘਣੀ ਨੂੰ ਖੁਸ਼ ਕਰਨ ਦੇ ਲਈ ਜਿਹੜਾ ਸੀ ਉਹ ਉੱਥੇ ਜਾ ਕੇ ਹਾਂ ਦਾ ਨਾਰਾ ਮਾਰਿਆ ਵੀ ਜੇ ਮੈਂ ਬੱਚਿਆਂ ਨੂੰ ਬਚਾ ਲਵਾਂ ਗੁਰੂ ਸਾਹਿਬਿਆਂ ਨੂੰ ਤੇ ਹੋ ਸਕਦਾ ਇਹ ਮੈਨੂੰ ਕਹੇ ਵੀ ਤੂੰ ਭਲਿਆ ਪੁਰਖਾ ਬਹੁਤ ਨੇਕ ਕੰਮ ਕੀਤਾ, ਮੈਂ ਤੇਰੀ ਹਰ ਗੱਲ ਮੰਨਾਂਗੀ ਤੇ ਮੈਂ ਕਹਾਂਗਾ ਨਿਕਾਹ ਕਰਵਾ ਮੇਰੇ ਨਾਲ। ਇਹਦਾ ਇੱਕ ਇਤਿਹਾਸਕਾਰ ਇੱਦਾਂ ਵੀ ਗਵਾਹੀ ਭਰਦੇ ਨੇ। ਖੈਰ ਗੁਰਮੁਖੋ ਇਹ ਜਾਂਦਾ ਹਾਂ ਦਾ ਨਾਰਾ ਮਾਰਦਾ, ਅੱਗੇ ਆਪਾਂ ਵਿਚਾਰਾਂਗੇ, ਸਾਹਿਬ ਨੂੰ ਬਚਾ ਨਹੀਂ ਸਕਦਾ। ਇਹ ਵਾਪਸ ਆਉਂਦਾ, ਇਹ ਬੀਬੀ ਅਨੂਪ ਕੌਰ ਦੇ ਉੱਪਰ ਦਬਾਅ ਪਾਉਂਦਾ ਵੀ ਦੀਨੇ ਇਸਲਾਮ ਕਬੂਲ ਕਰਕੇ ਮੈਂ ਨਿਕਾਹ ਕਰਵਾ ਮੇਰੇ ਨਾਲ। ਉਹ ਇਨਕਾਰ ਕਰ ਦਿੰਦੀ ਹੈ ਜੀ, ਇਹ ਕਹਿ ਲਓ ਵੀ 10-15 ਦਿਨ ਬਤੀਤ ਹੁੰਦੇ ਨੇ ਜਦੋਂ ਠੀਕ ਹੋ ਜਾਂਦੀ ਹੈ ਉਹ। ਉਸ ਤੋਂ ਬਾਅਦ ਇਹ ਆਪਣੇ ਮਹਿਲ ਵਿੱਚ ਕਾਜ਼ੀ ਨੂੰ ਬੁਲਾਉਂਦਾ ਹੈ, ਨਾਲ ਕੁਝ ਆਪਣੀਆਂ ਨੌਕਰੀਆਂ ਇਹਦੀਆਂ ਕਰਦੀਆਂ ਦਾਸੀਆਂ ਨੌਕਰਾਣੀਆਂ ਸਨ, ਉਹਨਾਂ ਨੂੰ ਕਹਿੰਦਾ ਵੀ ਇਹਨੂੰ ਜਬ ਤੱਕੇ ਨਾਲ ਇਹਦੇ ਨਿਕਾਹ ਵਾਲਾ ਪਹਿਰਾਵਾ ਪਹਿਨਾਓਗੇ ਦੀ, ਜਿਹੜੀ ਇਹ ਸਿੰਘਣੀ ਹੈ ਇਹਦੇ ਧੱਕੇ ਨਾਲ ਜ਼ਬਰਦਸਤੀ ਨਿਕਾਹ ਵਾਲਾ ਵਿਆਹ ਵਾਲਾ ਪਹਿਰਾਵਾ ਪਹਿਨਾਓਗੇ ਦੇ। ਕਾਜ਼ੀ ਨੂੰ ਬੁਲਾਇਆ ਜਾਂਦਾ, ਇਹਦਾ ਨਿਕਾਹ ਮੈਂ ਪੜਵਾਵਾਂਗਾ ਆਪਣਾ ਧੱਕੇ ਨਾਲ। ਜਦੋਂ ਗੁਰਮੁਖੋ ਉਸ ਬੱਚੀ ਨੂੰ ਪਤਾ ਚੱਲਦਾ ਕਿ ਧੱਕੇ ਨਾਲ ਮੇਰਾ ਨਿਕਾਹ ਪੜਾ ਦਿੱਤਾ ਜਾਣਾ, ਫਿਰ ਗੁਰਮੁਖੋ ਫੈਸਲਾ ਕਰਦੀ ਹੈ ਕਿ ਮੈਂ ਦੀਨੇ ਇਸਲਾਮ ਜੜ ਤੱਕ ਮੇਰੇ ਸਵਾਸ ਚੱਲਦੇ ਨੇ, ਨਾ ਮੇਰੇ ਕੋਈ ਤਨ ਨੂੰ ਛੂ ਸਕਦਾ ਨਾ ਤੇ ਨਾ ਮੇਰਾ ਕੋਈ ਧਰਮ ਬਦਲਾ ਸਕਦਾ ਹੈ। ਫਿਰ ਇਹ ਮਹਿਲਾਂ ਚ ਕੈਦ ਸੀ ਜੀ, ਇਹਦਾ ਵਸ ਕੋਈ ਨਹੀਂ ਚੱਲਿਆ। ਜਦੋਂ ਕਾਜ਼ੀਏ ਦੇ ਦਰਵਾਜ਼ੇ ਦੇ ਉੱਪਰ ਪਹੁੰਚਦਾ ਕਿ ਕਬੂਲ ਹੈ ਕਬੂਲ ਹੈ, ਇੱਦਾਂ ਅਖਵਾਉਂਦੇ ਨੇ ਉਹ, ਜਦੋਂ ਇਹ ਅਖਵਾਉਣ ਕਾਜ਼ੀ ਆਉਂਦਾ ਹੈ ਇਹ ਬਿਲਕੁਲ ਕਬੂਲ ਨਹੀਂ ਕਰਦੀ, ਫਿਰ ਇਹ ਧੱਕੇ ਨਾਲ ਜਿਹੜਾ ਹੈ ਇਹਨੂੰ ਨਿਕਾਹ ਦੇ ਅਸਥਾਨ ਤੇ ਜਦੋਂ ਗੁਰਮੁਖੋ ਯਤਨ ਕੀਤਾ ਨਾ ਲਿਜਾਣ ਦਾ। ਉਸ ਤੋਂ ਬਾਅਦ ਫਿਰ ਜਿਹੜੀ ਇਹਦੇ ਕੋਲੇ ਖੰਜਰ ਸੀ ਲੱਕ ਦੇ ਦੁਆਲੇ, ਇਹ ਬੱਚੀ ਖੰਜਰ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲੈਂਦੀ ਹੈ, ਕਿਉਂਕਿ ਨਾ ਜੜ ਤੱਕ ਸਵਾਸ ਨੇ ਮੇਰੇ ਸਰੀਰ ਦੇ ਅੰਦਰ
ਨਾ ਮੇਰੇ ਕੋਈ ਸਰੀਰ ਨੂੰ ਛੋਹ ਸਕੇਗਾ, ਨਾ ਕੋਈ ਮੇਰਾ ਧਰਮ ਬਦਲਾ ਸਕੇਗਾ। ਮੈਂ ਗੁਰੂ ਗੋਬਿੰਦ ਸਿੰਘ ਦੀ ਸਿੰਘਣੀ ਆ, ਮਰ ਸਕਦੀ ਆ ਪਰ ਧਰਮ ਨਹੀਂ ਤਿਆਗ ਸਕਦੀ। ਇਹ ਮਰੇਰ ਕੋਟਲੀਏ ਨਵਾਬ ਦੇ ਮਹਿਲ ਦੇ ਵਿੱਚ ਆਪਣੇ ਆਪ ਨੂੰ ਖੰਜਰ ਮਾਰ ਕੇ ਖਤਮ ਕਰ ਲੈਂਦੀ, ਖੰਜਰ ਮਾਰ ਕੇ ਜਦੋਂ ਖਤਮ ਕਰ ਲੈਂਦੀ ਹੈ, ਫਿਰ ਜਿਹੜਾ ਮਰੇਰ ਕੋਟਲੀਆ ਨਵਾਬ ਸੀ ਉਹਨੇ ਆਪਣੇ ਸਪਿੰਡ ਹੁਕਮ ਕੀਤਾ, ਇਹਨੂੰ ਮੇਰੇ ਮਹਿਲ ਦੇ ਪਿਛਲੇ ਪਾਸੇ ਕਬਰ ਪੱਟ ਕੇ ਦਬਾ ਦਿਓ। ਉਹ ਗੁਰਮੁਖੋ ਬੱਚੀ ਨੂੰ ਦਬਾ ਦਿੱਤਾ ਜਾਂਦਾ, ਕੋਈ ਖੁਰਾ ਖੋਜ ਨਹੀਂ ਉਹਦਾ ਮਿਲਦਾ। ਜਦੋਂ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆਉਂਦਾ, ਕਿਉਂਕਿ ਮੈਂ ਇਹ ਤਾਂ ਨਾਲ ਛੂ ਰਿਹਾ, ਇਹ ਅਸੀਂ ਗੱਥਾਂ ਤੱਕ ਸੁਣਦੇ ਹਾਂ ਬਹੁਤ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ, ਉਹਨੇ ਸਰਹੰਦ ਨੂੰ ਫਤਿਹ ਕੀਤਾ। ਜਿਹੜਾ ਸੀ ਮਰੇਰ ਕੋਟਲੀਆ ਨਵਾਬ ਸੀ ਜਿਹੜਾ, ਉਹ ਚੱਪੜਚਿੜੀ ਦੇ ਮੈਦਾਨ ਗੁਰੂ ਕੇ ਸਿੱਖਾਂ ਹੱਥੋਂ ਮਾਰਿਆ ਜਾਂਦਾ, ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਤੋਂ ਖਬਰ ਮਿਲਦੀ ਹੈ ਕਿ ਇੱਕ ਬੱਚੀ ਅਨੂਪ ਕੌਰ ਸੀ ਮਰੇਰ ਕੋਟਲੀਏ ਨਵਾਬ ਨੇ ਉਹਨੂੰ ਆਪਣੇ ਮਹਿਲ ਵਿੱਚ ਯਤਨ ਕੀਤਾ, ਉਹਨੇ ਆਤਮਘਾਤ ਕੀਤਾ, ਸੰਸਕਾਰ ਨੂੰ ਸਿੰਘਣੀ ਦਾ ਹੋਇਆ। ਪਰ ਬਾਬਾ ਬੰਦਾ ਸਿੰਘ ਬਹਾਦਰ ਹੈ ਜਿਹੜਾ, ਉਹ ਫੌਜਾਂ ਲੈ ਗੁਰਮੁਖੋ 1710 ਦੇ ਵਿੱਚ ਉਹ ਮਰੇਰ ਕੋਟਲੇ ਪਹੁੰਚਦਾ। ਮਰੇਰ ਕੋਟਲੀਏ ਜਿਹੜੇ ਸਨ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹ ਦੱਸੋ ਬੀਬੀ ਨੂੰ ਕੁਰ ਦੀ ਥਾਂ ਕਿੱਥੇ ਹੈ, ਕਬਰ ਕਿੱਥੇ ਬਣੀ। ਉਹ ਦੱਸਣ ਨੂੰ ਤਿਆਰ ਨਹੀਂ ਹੁੰਦੇ ਜੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਮੁਖੋ ਮਰੇਰ ਕੋਟਲੇ ਦੇ ਕਬਰਸਤਾਨ ਵਿੱਚੋਂ ਕਬਰਾਂ ਪੱਟੀਆਂ, ਜਾ ਕੇ ਕਬਰਾਂ ਪੱਟਣੀਆਂ ਬਹੁਤ ਵੱਡਾ ਗੁਨਾਹ ਸਮਝਦਾ ਇਸਲਾਮ ਜਗਤ ਦੇ ਅੰਦਰ। ਜਦੋਂ 2-3 ਕਬਰਾਂ ਪੱਟੀਆਂ ਬੰਦਾ ਸਿੰਘ ਬਹਾਦਰ ਨੇ, ਫਿਰ ਪਤਾ ਲੱਗਿਆ ਮੁਸਲਮਾਨਾਂ ਨੂੰ ਕਿ ਗੜਬੜ ਹੋ ਜਾਏਗੀ, ਇਹ ਤਾਂ ਬਹੁਤ ਵੱਡਾ ਗੁਨਾਹ ਹੋ ਜਾਏਗਾ। ਉਹ ਹੱਥ ਜੋੜ ਕੇ ਸਾਹਮਣੇ ਆਏ, ਕਹਿਣ ਲੱਗੇ ਬੰਦਾ ਸਿੰਘ ਬਹਾਦਰ ਜੀ, ਜੇ ਜਿੱਥੇ ਬੀਬੀ ਅਨੂਪ ਕੌਰ ਜੀ ਨੂੰ ਕਬਰ ਪੱਟ ਕੇ ਦੱਬਿਆ ਗਿਆ ਸੀ ਉਹ ਕਬਰਸਥਾਨ ਨਹੀਂ, ਕੁਝ ਕੁ ਨੇ ਦੱਸਿਆ ਵੀ ਉਹਨੂੰ ਮਹਿਲ ਦੇ ਪਿਛਲੇ ਪਾਸੇ ਦਬਾਇਆ ਗਿਆ ਸੀ। ਫਿਰ ਉਹਦੀ ਕਬਰ ਜਿਹੜੀ ਆ ਪੁੱਟੀ ਜਾਂਦੀ ਹੈ ਜੀ, ਉਸਦੀਆਂ ਅਸਥੀਆਂ ਕੱਢੀਆਂ ਜਾਂਦੀਆਂ ਨੇ, ਤੇ ਗੁਰਮੁਖੋ ਚਿੱਖਾਂ ਤਿਆਰ ਕਰਕੇ ਸੰਸਕਾਰ ਉਹਦੀਆਂ ਅਸਥੀਆਂ ਦਾ ਕੀਤਾ ਜਾਂਦਾ ਹੈ, ਅਸਥੀਆਂ ਸੰਸਕਾਰ ਕੀਤਾ ਜਾਂਦਾ ਹੈ। ਉਸ ਤੋਂ ਇਹ ਜਿਹੜੀ ਬੀਬੀ ਅਨੂਪ ਕੌਰ ਸੀ, ਚੇਤਾ ਰੱਖੋ ਇਹ ਗੁਰੂ ਕੀ ਸਿੰਘਣੀ ਸੀ, ਗੁਰਮੁਖੋ ਜਥੇ ਦੀ ਮੁਖੀ ਸੀ ਇਸਤਰੀਆਂ ਦੇ ਦੀ, ਜੂਝੀ ਜੂਝ ਗੁਰਮੁਖੋ ਧਰਮ ਦੀ ਖਾਤਰ ਇਹ ਕੁਰਬਾਨ ਹੋਈ, ਸ਼ਹੀਦ ਹੋਈ। ਪਰ ਮੈਂ ਆਪਣੀ ਕੌਮ ਤੇ ਹੈਰਾਨ ਜਾਂਦਾ ਕਿ ਸ਼ੇਰ ਮੁਹੰਮਦ ਸ਼ੇਖ ਖਾਨ ਦੇ ਨਾਮ ਉੱਤੇ ਗੁਰਦੁਆਰਾ ਬਣ ਗਿਆ ਉੱਥੇ, ਹਾਂ ਦਾ ਨਾਰਾ। ਤੁਸੀਂ ਗੁਰਮੁਖੋ ਅੱਜ ਮਰੇਰ ਕੋਟਲੇ ਜਾਓ ਨਾ, ਜੇ ਮਰੇਰ ਕੋਟਲੇ ਜਾਈਏ ਆਪਾਂ, ਸ਼ੇਰ ਮੁਹੰਮਦ ਖਾਨ ਦੀ ਯਾਦ ਵਿੱਚ ਜਿਹੜਾ ਸਿੱਖਾਂ ਵਿਰੁੱਧ ਲੜਦਾ ਰਿਹਾ, ਠੀਕ ਹੈ ਹਾਂ ਦਾ ਨਾਰਾ ਉਹਨੇ ਮਾਰਿਆ ਅੱਗੇ ਜਾ ਕੇ, ਇਹ ਕੋਈ ਦੌੜਾਵਾਂ ਨਹੀਂ, ਹਾਮੀ ਉਹਨੇ ਭਰੀ, ਸਿੱਖਾਂ ਦੇ ਹੱਥੋਂ ਹੀ ਮਾਰਿਆ ਗਿਆ ਉਹ ਚੱਪੜਚਿੜੀ ਦੇ ਮੈਦਾਨ ਵਿੱਚ, ਤੇ ਸਿੱਖਾਂ ਨੇ ਉਹਦੇ ਨਾਂ ਤੇ ਗੁਰਦੁਆਰਾ ਬਣਾਤਾ ਜੀ, ਉੱਥੇ ਗੁਰਦੁਆਰਾ ਉਹਦੀ ਨਾਂ ਤੇ ਬਣ ਗਿਆ। ਤੇ ਜਿਹੜੀ ਬੀਬੀ ਅਨੂਪ ਕੌਰ ਗੁਰਮੁਖੋ ਸ਼ਹੀਦ ਹੋ ਗਈ, ਚੇਤਾ ਕਰੋ ਅੱਜ ਤੱਕ ਸਿੱਖ ਉਹਦਾ ਸਥਾਨ ਨਹੀਂ ਬਣਾ ਸਕੇ ਉੱਥੇ, ਅੱਜ ਤੱਕ ਕੋਈ ਸਥਾਨ ਨਹੀਂ ਜੀ ਉਹਦਾ ਬਣਿਆ। ਕੌਮ ਨੂੰ ਇਹ ਚਾਹੀਦਾ ਹੈ ਕਿ ਘੱਟੋ ਘੱਟ ਬੀਬੀ ਅਨੂਪ ਕੌਰ ਦਾ ਸਥਾਨ ਉੱਥੇ ਬਣ ਜੇ। ਤੇ ਕਾਰਨ ਮੈਂ ਉੱਥੇ ਹੈੱਡ ਗ੍ਰੰਥੀ ਨੂੰ, ਮੇਰੇ ਮਿੱਤਰ ਨੇ ਬੜੇ ਪਿਆਰੇ, ਮੈਂ ਉਹਨਾਂ ਨੂੰ ਇੱਕ ਵਾਰੀ ਗਿਆ ਮੇਰੇ ਕੋਟਲੇ ਕਥਾ ਕਾਰਨ, ਮੈਂ ਪੁੱਛਿਆ ਵੀ ਕਾਰਨ ਕੀ ਹੈ ਜੀ, ਬਣਦਾ ਕਿਉਂ ਨਹੀਂ ਪਿਆ। ਉਹਨਾਂ ਕਿਹਾ ਭਾਈ ਸਾਹਿਬ ਵੋਟਾਂ ਦਾ ਕੰਮ ਹੈ, ਮਰੇਰ ਕੋਟਲੇ ਮੁਸਲਮਾਨਾਂ ਦੀਆਂ ਵੋਟਾਂ ਨੇ, ਜੇ ਕਿਤੇ ਇੱਥੇ ਬੀਬੀ ਅਨੂਪ ਕੌਰ ਦਾ ਥਾਂ ਬਣ ਗਿਆ ਤੇ ਜਿਹੜਾ ਬੰਦਾ ਲੀਡਰ, ਜਿਹੜੀ ਸਰਕਾਰ ਉਹਦਾ ਅਸਥਾਨ ਬਣਾ ਦੇਗੀ, ਮੁਸਲਮਾਨ ਨੇ ਵਿਰੁੱਧ ਹੋ ਜਾਣਾ ਹੈ ਉਹਦੇ। ਇਸ ਕਰਕੇ ਵੋਟਾਂ ਦੀ ਰਾਜਨੀਤੀ ਦੇ ਵਿੱਚ, ਭਾਵੇਂ ਕਿ ਪੰਜਾਬ ਦੇ ਵਿੱਚ ਸਰਕਾਰ ਅਕਾਲੀ ਦਲ ਦੀ ਵੀ ਰਹੀ, ਜਿਹਦੇ ਕਹਿੰਦੇ ਅਸੀਂ ਪੰਥਕ ਬਣੇ ਆ ਜੀ,
ਪਰ ਵੋਟਾਂ ਦੀ ਖਾਤਰ ਉਹਨਾਂ ਨੇ ਸਿੱਖਾਂ ਦੁਸ਼ਮਣ ਦੀ ਥਾਂ ਬਣਾ ਦਿੱਤੀ, ਪਰ ਇੱਕ ਸਿੱਖ ਸ਼ਹੀਦੀ ਗੁਰਮੁਖੋ ਸਥਾਨ ਨਹੀਂ ਬਣਾ ਸਕੇ ਸਿੱਖ ਉੱਥੇ। ਖੈਰ ਇਹ ਬੀਬੀ ਅਨੂਪ ਕੌਰ ਸੀ, ਮੇਰਾ ਮਨ ਸੀ ਵੀ ਇਹਦਾ ਇਤਿਹਾਸ ਵੀ ਸਾਂਝਾ ਕਰਨਾ ਚਾਹੀਦਾ।